श्री दरबार साहब अमृतसर नेड़े नवीं उसारियों लिए खुदाई दौरान जमीन दोज गुफावां रूपी ढांचे के निकलण तो बाद इतिहासक विरासती इमारतों प्रति अणदेखी के रवैये लिए सवालों में आई एस जी पी सी समेत कार सेवा वाले बाबिया से सवाल उठे हैं। तो इस उसारी की सेवा निभा रहे बाबे की इस इतिहासिक विरासत प्रति सोच और नज़रिया सोशल मीडिया उपर जारी सी गलबात की ऑडियो तो हो जाता है। कार सेवा भूरी वाले संतों वालों इस ऑडियो च वरती गई शब्दावली लैके सवाल उठ रहे हैं। गुरु के दा ज्यादा मामा नहीं लगता, गुरु के दा ज्यादा मामा नहीं लगता, गुरु के दा ज्यादा मामा नहीं लगता। थोड़े कोले कोई माहिरां दी टीम हैगी है जो कार सेवा करन तो पहला उदी थां दी जांच परख करदे ने? इत्थे माहिरां दा की काम है? इत्थे ते आर्किटेक्ट दा काम है ना, जगह आ गई है ते नक्शा बनाया ते बिल्डिंग बना देनी, इत्थे माहिर की करने? इत्थे माहिरां दा की काम है? इत्थे ते आर्किटेक्ट दा काम है ना, जगह आ गई है ते नक्शा बनाया ते बिल्डिंग बना देनी, इत्थे माहिर की करने? ओ दरबार साहिब दी चीज ही नहीं, ओ दरबार साहिब दी जगह नहीं, ओ ते पुड्डा दी जगह है, अज तो 40 साल पहला ओते लोकां दे घर सी। ओ दरबार साहिब दी चीज ही नहीं, ओ दरबार साहिब दी जगह नहीं, ओ ते पुड्डा दी जगह है, अज तो 40 साल पहला ओते लोकां दे घर सी। ते जेड़ा भाई बलदेव सिंह वडाला जेड़ा इल्जाम ला रहे ने कि ਤੁਹਾਡੇ ਜਿਹੜੇ ਹੈਗੇ ਨੇ ਸੇਵਾਦਾਰ ਉਹਨਾਂ ਨੇ ਹਮਲਾ ਕੀਤਾ ਤੇ ਇੱਕ ਸਿੰਘ ਨੇ ਜਿਹੜੇ ਬਜ਼ੁਰਗ ਸਿੱਖ ਨੇ ਉਹ ਜ਼ਖਮੀ ਵੀ ਹੋਏ? ਉਹਦਾ ਤੇ ਸਾਨੂੰ ਪਤਾ ਕੋਈ ਨੀ। ਅੱਛਾ ਠੀਕ ਹੈ। ਤੇ ਬਾਬਾ ਜੀ ਇੱਕ ਜਿਹੜੇ ਇਲਜ਼ਾਮ ਤੁਹਾਡੇ ਤੇ ਹਮੇਸ਼ਾ ਲੱਗਦੇ ਨੇ ਕਿ ਪੁਰਾਤਨ ਇਤਿਹਾਸ ਨੂੰ ਕਾਰ ਸੇਵਾ ਦੇ ਨਾਂ ਤੇ ਖਤਮ ਕੀਤਾ ਜਾਂਦਾ ਹੈ, ਕੀ ਜਵਾਬ ਹੈ ਤੁਹਾਡਾ? ਕਿਉਂਕਿ ਹੁਣ ਤੱਕ ਕਈ ਇਹੋ ਜਿਹੀਆਂ ਚੀਜ਼ਾਂ ਖਤਮ ਹੋ ਵੀ ਚੁੱਕੀਆਂ ਨੇ। ਉਹ ਜਿਹੜੀਆਂ ਹੀ ਕੀਤੀਆਂ ਸਾਨੂੰ ਸਾਡੇ ਨਾਲ ਸਾਹਮਣੇ ਆ ਕੇ ਪੁੱਛੋ ਤੇ ਜਵਾਬ ਦਿਆ। ਪਿਛਲੀ ਵਾਰੀ ਤਰਨ ਤਾਰਨ ਸਾਹਿਬ ਦੀ ਜਿਹੜੀ ਡਿਊਟੀ ਸੀ ਉਹਦਾ ਵੀ ਮਸਲਾ ਉੱਠਿਆ ਸੀਗਾ, ਉਸ ਤੋਂ ਪਹਿਲਾਂ ਜਿਹੜੀ ਸਰਹੰਦ ਦੀਆਂ ਨੀਹਾਂ ਉਹਨਾਂ ਦੀ ਵੀ ਗੱਲ ਕੀਤੀ ਜਾਂਦੀ ਹੈ। ਹੁਣ ਉਹ ਸਰਹੰਦ ਦੀਆਂ ਨੀਹਾਂ ਜਿੰਨੇ ਉਹਦਾ ਕੋਈ ਪਤਾ ਕਰੋ ਨਾ, ਉਹਨੂੰ ਕਿੰਨੇ ਢਾਇਆ, ਉਹਨੂੰ ਕਿੰਨੇ ਕੁੱਟ ਕੀਤਾ, ਸਰਾਂਤੀਆਂ ਨਹੀਂ ਆ ਤੇ ਉਸੇ ਤਰ੍ਹਾਂ ਉੱਥੇ ਹੈਗੀਆਂ ਨੇ। ਠੀਕ ਹੈ। ਨਹੀਂ ਬਾਬਾ ਜੀ, ਜਿਸ ਤਰ੍ਹਾਂ ਮਤਲਬ ਇਲਜ਼ਾਮ ਉਹ ਤੁਹਾਡੇ ਤੇ ਲੱਗਦੇ ਨੇ ਹਮੇਸ਼ਾ ਕਾਰ ਸੇਵਾ ਤੇ ਇਲਜ਼ਾਮ ਲੱਗਦੇ ਨੇ, ਉੱਥੇ ਤੁਹਾਡਾ ਕੀ ਜਵਾਬ ਹੈ? ਮਤਲਬ ਤੁਸੀਂ ਕਹਿੰਦੇ ਕਿ ਨਹੀਂ ਕੀਤਾ? ਉਹ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਸੰਗੀ ਯਾਰ, ਸਾਰੇ ਸੰਸਾਰ ਚੰਗਾ ਥੋੜਾ ਕਿਸੇ ਨੂੰ ਆਉਂਦਾ ਹੁੰਦਾ ਸੰਗੀ ਯਾਰ। ਜੀ ਜੀ। ਤੇ ਅੱਛਾ ਤੁਹਾਡਾ ਆਪਣਾ ਨਿੱਜੀ ਪੱਖ ਕੀ ਹੈ? ਅਸੀਂ ਗੁਰੂ ਘਰ ਦੀ ਸੇਵਾ ਕਰਾਉਂਦੇ ਹਾਂ, ਚੰਗਾ ਕੋਈ ਆਖੇ ਕੋਈ ਮਾੜਾ ਆਖੇ ਉਹਦੇ ਨਾਲ ਸਾਨੂੰ ਕੋਈ ਵਾਸਤਾ ਨਹੀਂ। ਜੀ। ਤੇ ਬਾਬਾ ਜੀ ਅਸੀਂ ਨਹੀਂ ਕਿਸੇ ਨੂੰ ਮਾੜਾ ਆਉਂਦੇ ਸੰਗੀ ਯਾਰ। ਪਰਮੇਸ਼ਰ ਦੇ ਨਾਲ ਸਾਨੂੰ ਕੋਈ ਬੋਲਦਾ ਚੰਗਾ ਬੋਲਦਾ ਮਾੜਾ ਬੋਲਦਾ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਦਿੰਦੇ ਤੇ ਕਿਆ ਘੱਟ ਜਾਣੀ ਆ। ਹਰ ਜਨ ਰਾਮ ਨਾਮ ਗੁਣ ਗਾਵੇ ਤੇ ਜੇ ਕੋ ਨਿੰਦ ਕਰੇ ਹਰ ਜਨ ਕੀ ਤੇ ਆਪਣਾ ਗੁਣ ਨਾ ਗਵਾਵੇ। ਬਾਕੀ ਗੁਰੂ ਘਰ ਪ੍ਰਤੀ ਜਿੰਨੇ ਤੁਸੀਂ ਸਮਰਪਿਤ ਹੋ ਓਨੇ ਅਸੀਂ ਵੀ ਸਮਰਪਿਤ ਆ। ਅਸੀਂ ਕਿਹੜੇ ਮੁਸਲਮਾਨਾਂ ਦੇ ਘਰ ਜੰਮੇ ਆ ਜਾਂ ਜੈਨੀਆਂ ਬੋਧੀਆਂ ਦੇ ਘਰ ਜੰਮੇ ਆ, ਅਸੀਂ ਵੀ ਸਿੱਖਾਂ ਦੇ ਘਰ ਹੀ ਜੰਮੇ ਆ। ਗੁਰੂ ਕਿਸੇ ਦਾ ਜ਼ਿਆਦਾ ਮਾਮਾ ਨਹੀਂ ਲੱਗਦਾ। ਬਿਲਕੁਲ। ਪਰ ਬਾਬਾ ਜੀ ਇੱਕ ਸਵਾਲ ਹੈ ਜਿਹੜਾ, ਜਿਵੇਂ ਮਤਲਬ ਇਹ ਹੁੰਦਾ ਵੀ ਰਿਹਾ ਤੇ ਇਲਜ਼ਾਮ ਵੀ ਲੱਗਦੇ ਰਹੇ ਨੇ ਕਿ ਐਸ ਜੀ ਪੀ ਸੀ ਹੀ ਕਾਰ ਸੇਵਾ ਨੂੰ ਸੇਵਾ ਸੌਂਪਦੀ ਹੈ, ਕਾਰ ਸੇਵਾ ਜਿਹੜੀ ਹੈ ਐਸ ਜੀ ਪੀ ਸੀ ਦੇ ਵੱਲੋਂ ਹੀ ਸੌਂਪੀ ਜਾਂਦੀ ਹੈ, ਤੇ ਜਿਹੜੀਆਂ ਪੁਰਾਤਨ ਦਿੱਖਾਂ ਨੇ ਉਹਨਾਂ ਨੂੰ ਮਤਲਬ ਮਲੀਆ ਮੇਟ ਕਰਨ ਦੇ ਇਲਜ਼ਾਮ ਲੱਗਦੇ ਨੇ, ਕੀ ਉਹ ਐਸ ਜੀ ਪੀ ਸੀ ਦੀ ਰਜ਼ਾਮੰਦੀ ਨਾਲ ਹੁੰਦੇ ਨੇ? ਮੈਂ ਕਿਹਾ ਕੋਈ ਉਹ ਤੇ ਖਾਲੀ ਇਲਜ਼ਾਮ ਹੀ ਨਹੀਂ ਢਾਇਆ ਤੇ ਕੁਛ ਵੀ ਨਹੀਂ ਕਹਿੰਦੇ, ਰੌਲਾ ਹੀ ਆ ਜੀ। ਪਰ ਉਹਨਾਂ ਦਾ ਆਕਾਰ ਤਾਂ, ਪਰ ਬਾਬਾ ਜੀ ਆਕਾਰ ਬਦਲਿਆ ਜਾਂਦਾ ਹੈ, ਆਕਾਰ ਬਦਲਿਆ ਮਿਲਦਾ ਹੈ ਸੰਗਤ ਨੂੰ। ਕੋਈ ਦੱਸੋ ਕਿਹਦਾ ਆਕਾਰ ਬਦਲਿਆ? ਉਹ ਤਾਂ ਜਦੋਂ ਵਿਰੋਧ ਹੋਣ ਲੱਗ ਜਾਂਦਾ ਹੈ ਫੇਰ ਜਿਹੜਾ ਹੈ। ਕੋਈ ਦੱਸੋ ਤੇ ਸਹੀ ਕਿਹਦਾ ਆਕਾਰ ਬਦਲਿਆ? ਮੈਂ ਉਹੀ ਕਹਿ ਰਹੀ ਹਾਂ ਬਾਬਾ ਜੀ, ਜਿਵੇਂ ਸਰਹੰਦ ਦੀਆਂ ਨੀਹਾਂ ਨੇ ਉਹਨਾਂ ਦਾ ਵੀ ਆਕਾਰ ਬਦਲਿਆ ਗਿਆ। ਉਸ ਤੋਂ ਬਾਅਦ ਜਿਹੜੇ ਦਰਬਾਰ ਸਾਹਿਬ ਕੋਲ ਇੰਨੇ ਪੁੰਗੇ ਸੀਗੇ ਉਹਨਾਂ ਦਾ ਵੀ ਇਲਜ਼ਾਮ ਲੱਗਦਾ ਵੀ ਕਾਰ ਸੇਵਾ ਦੇ ਨਾਮ ਤੇ ਉਹਨਾਂ ਨੂੰ ਢਾਇਆ ਗਿਆ, ਮਲੀਆ ਮੇਟ ਕੀਤਾ ਗਿਆ। ਇਸ ਤਰ੍ਹਾਂ ਦੇ ਸਾਰੇ ਜਿਹੜੇ ਇਲਜ਼ਾਮ ਨੇ ਉਹ ਕਾਰ ਸੇਵਾ ਤੇ ਆਉਂਦੇ ਨੇ। ਜਿਹੜੀਆਂ ਗੱਲਾਂ ਝੂਠੀਆਂ ਹੋਣ ਉਹਨਾਂ ਦਾ ਕੋਈ ਜਿਹੜਾ ਸਵਾਲਾਂ ਦਾ ਜਵਾਬ ਵੀ ਨਾ ਹੋਵੇ ਉਹਨਾਂ ਦਾ ਉੱਤਰ ਹੀ ਨਹੀਂ ਦੇਣਾ।
ਪਰ ਬਾਬਾ ਜੀ ਇੱਕ ਮੈਂ ਜਰੂਰ ਤੁਹਾਡੇ ਤੋਂ ਸਵਾਲ ਪੁੱਛਾਂਗੀ ਕਿ ਜਿਹਨਾਂ ਦਾ ਕੰਮ ਆ ਇਲਜ਼ਾਮਬਾਜ਼ੀ ਕਰਨਾ ਉਹਨਾਂ ਨੇ ਕਰਦੇ ਹੀ ਰਹਿਣਾ ਹੈ। ਠੀਕ ਹੈ ਤੇ ਬਾਬਾ ਜੀ ਇੱਕ ਸਵਾਲ ਹੋਰ ਕਿ ਜਿਵੇਂ ਤੁਸੀਂ ਕਾਰ ਸੇਵਾ ਕਰਦੇ ਹੋ ਸਾਰੀਆਂ ਜਿਹੜੀਆਂ ਇਤਿਹਾਸਿਕ ਚੀਜ਼ਾਂ ਦੀ ਜਿਹੜੀ ਸੇਵਾ ਤੁਹਾਨੂੰ ਸੌਂਪੀ ਜਾਂਦੀ ਹੈ ਬਹੁਤ ਚੰਗੇ ਕੰਮ ਵੀ ਹੁੰਦੇ ਨੇ ਤੇ ਤੁਹਾਡੇ ਕੋਲ ਕੋਈ ਮਾਹਿਰਾਂ ਦੀ ਟੀਮ ਹੈਗੀ ਹੈ ਜੋ ਕਾਰ ਸੇਵਾ ਕਰਨ ਤੋਂ ਪਹਿਲਾਂ ਉਹਦੀ ਥਾਂ ਦੀ ਜਾਂਚ ਪਰਖ ਕਰਦੇ ਨੇ? ਸਾਡੇ ਕੋਲ ਤੇ ਗੱਲ ਸੁਣੋ ਜੀ ਇੱਕ ਸਰਾਂ ਬਣਾਉਣੀ ਹੈ ਤੇ ਉੱਥੇ ਸਾਨੂੰ ਜਾਂਚ ਮਾਹਰ ਚਾਹੀਦੇ, ਇੱਕ ਟੋਇਲਟ ਬਾਥਰੂਮ ਬਣਾਉਣੇ ਤੇ ਉੱਥੇ ਸਾਨੂੰ ਮਾਹਰ ਚਾਹੀਦੇ ਆ, ਇੱਕ ਪਾਣੀ ਦੀ ਛਬੀਲ ਬਣਾਉਣੀ ਹੈ ਤੇ ਉੱਥੇ ਸਾਨੂੰ ਮਾਹਰ ਚਾਹੀਦੇ, ਇੱਕ ਜੋੜਾ ਘਰ ਬਣਾਉਣਾ ਤੇ ਉੱਥੇ ਸਾਨੂੰ ਮਾਹਰ ਚਾਹੀਦੇ ਨੇ। ਦੱਸੋ ਇੱਥੇ ਮਾਹਰਾਂ ਦਾ ਕੀ ਕੰਮ ਹੈ? ਇੱਥੇ ਤੇ ਆਰਕੀਟੈਕਟ ਦਾ ਕੰਮ ਹੈ, ਜਗ੍ਹਾ ਆ ਗਈ ਆ ਤੇ ਨਕਸ਼ਾ ਬਣਾਇਆ ਤੇ ਬਿਲਡਿੰਗ ਬਣਾ ਦੇਣੀ, ਇੱਥੇ ਮਾਹਰ ਕੀ ਕਰਨੇ? ਠੀਕ ਹੈ ਚਲੋ ਜੀ ਆਪਾਂ ਏਸੀ ਮਸਲੇ ਦੀ ਗੱਲ ਕਰ ਲਈਏ ਵੀ ਜਿਵੇਂ ਅੰਦਰੋਂ ਹੈਗੇ ਨੇ ਜਿਹੜੇ ਪੁਰਾਤਨ ਢਾਂਚੇ ਮਿਲੇ ਨੇ ਇਹ ਹੈ ਕੀ ਨੇ ਹਜੇ ਇਹ ਪਤਾ ਕਰਨਾ ਬਾਕੀ ਹੈ, ਆਰਕਾਈਵ ਟੀਮ ਜਿਵੇਂ ਬੀਬੀ ਜਗੀਰ ਕੌਰ ਨੇ ਕਿਹਾ ਵੀ ਉਹ ਪਤਾ ਕਰਨਗੇ, ਪਰ ਤੁਹਾਨੂੰ ਪਹਿਲਾਂ ਪਤਾ ਸੀ ਵੀ ਇਹਦੇ ਅੰਦਰ ਹੈ ਕੁਛ? ਬੀਬੀ ਜੀ ਇਸ ਤਰ੍ਹਾਂ ਤੇ ਜਦੋਂ ਇੱਥੋਂ ਮੁਗਲ ਗਏ ਕਈ ਪਿੰਡ ਢੱਠੇ ਨੇ, ਪਹਿਲਾਂ ਉਹਨਾਂ ਨੂੰ ਖੋਜੋ ਵੀ ਇਹ ਕੀ ਆ। ਠੀਕ ਹੈ ਆ ਕਈਆਂ ਪਿੰਡਾਂ ਦੇ ਵਿੱਚ ਪੁਰਾਣੀਆਂ ਅਟਾਰੀਆਂ ਬਣੀਆਂ ਨੇ ਪੁਰਾਣੀ ਇੱਟ ਦੀਆਂ ਤੇ ਉਹ ਇਤਨਾ ਹੀ ਢਹਿਣ ਡੀਆਂ ਨੇ, ਲੋਕਾਂ ਨੇ ਘਰ ਬਣਾਇਆ ਸੀ, ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਤੇ ਕਈ ਆਪਣੇ ਘਰ ਛੱਡ ਕੇ ਉੱਧਰ ਚਲੇ ਗਏ, ਉੱਥੇ ਉਹਨਾਂ ਨੂੰ ਕੀ ਕਰਨਾ ਖੋਜ ਕੇ ਉਹਨਾਂ ਨੂੰ ਜੀ। ਹਾਂ ਤੇ ਬਾਬਾ ਜੀ ਇਸ ਮਸਲੇ ਤੇ ਤੁਸੀਂ ਕੀ ਕਹਿੰਦੇ ਹੋ ਵੀ ਜਿਹੜਾ ਇਹ ਮਿਲਿਆ ਹੈਗਾ ਵੀ ਇਹਨੂੰ ਇਹਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਤੁਹਾਡੇ ਮੁਤਾਬਿਕ, ਤੁਸੀਂ ਕੀ ਕਹਿੰਦੇ ਹੋ ਵੀ ਇਹ ਹੁਣ ਜੋ ਮਿਲਿਆ ਹੈ ਇੱਥੇ ਹੁਣ ਬੰਦ ਹੋ ਜਾਣਾ ਚਾਹੀਦਾ ਕੰਮ? ਉਹ ਹੈ ਕੀ ਆ ਪਹਿਲਾਂ ਪਤਾ ਤੇ ਲੱਗੇ, ਉਹ ਹੈ ਕੀ ਉਹ ਭਾਵੇਂ ਹੋਵੇ ਕਿਸੇ ਦਾ ਘਰ ਹੀ ਉੱਥੇ ਤੇ ਉਹਨੂੰ ਸੁਰੱਖਿਅਤ ਰੱਖ ਕੇ ਕੀ ਕਰਨਾ ਕਰਦੇ, ਘਰਾਂ ਦੇ ਵਿੱਚ ਲੋਕੀ ਕੀ ਕੁਛ ਕਰਦੇ ਆ ਜੀ। ਪਰ ਜੇ ਉਹ ਕੋਈ ਵਿਰਾਸਤੀ ਚੀਜ਼ ਹੁੰਦੀ ਹੈ ਪੁਰਾਣੇ ਪੰਜਾਬ ਦੀ ਜੇ ਕੁਛ ਵੀ ਆਪਾਂ ਨੂੰ ਮਿਲਦਾ ਹੈ ਆਪਾਂ ਕੀ ਵਿਰਾਸਤੀ ਨਾਨਕਸ਼ਾਹੀ ਇੱਟਾਂ ਨਾਲ ਚੀਜ਼ ਬਣ ਜੇ ਤੇ ਵਿਰਾਸਤੀ ਹੋ ਜਾਂਦੀ, ਮੈਂ ਤੇ ਕਹਿੰਦਾ ਭੱਠੇ ਲਾ ਕੇ ਨਾਨਕਸ਼ਾਹੀ ਇੱਟਾਂ ਬਣਾ ਕੇ ਇਹੋ ਜਿਹੇ ਕੋਠੇ ਬਣਾਉਣੇ ਸ਼ੁਰੂ ਕਰ ਦਈਏ ਸਾਰਾ ਪੰਜਾਬ ਵਿਰਾਸਤੀ ਕਰ ਦਈਏ। ਪਰ ਬਾਬਾ ਜੀ ਉਹ ਦਰਬਾਰ ਸਾਹਿਬ ਦੇ ਨਾਲ ਵਾਲੀ ਜ਼ਮੀਨ ਚੋਂ ਮਿਲੀ ਹੈ ਅਕਾਲ ਤਖਤ ਸਾਹਿਬ ਦੇ, ਹੋ ਸਕਦਾ ਕੁਛ ਹੋਵੇ ਵਿਰਾਸਤੀ? ਉਹ ਦਰਬਾਰ ਸਾਹਿਬ ਦੀ ਚੀਜ਼ ਹੀ ਨਹੀਂ, ਉਹ ਦਰਬਾਰ ਸਾਹਿਬ ਦੀ ਜਗ੍ਹਾ ਨਹੀਂ, ਉਹ ਤੇ ਪੁੱਡਾ ਦੀ ਜਗ੍ਹਾ, ਇਹਦੇ ਅੱਜ ਤੋਂ 40 ਸਾਲ ਪਹਿਲਾਂ ਉੱਥੇ ਲੋਕਾਂ ਦੇ ਘਰ ਸੀ। ਅੱਛਾ ਉਹ ਪੁੱਡਾ ਵਾਲੇ ਸਥਾਨ ਤੇ ਫਿਰ ਮਤਲਬ ਹੁਣ ਦਰਬਾਰ ਸਾਹਿਬ ਦਾ ਕੁਛ ਬਣਾਇਆ ਜਾਣਾ ਸੀ, ਇਹ ਇਹਦੇ ਬਾਰੇ? ਸੰਗਤ ਵਾਸਤੇ ਬਣਨਾ ਦਰਬਾਰ ਸਾਹਿਬ, ਦਰਬਾਰ ਸਾਹਿਬ ਦੀ ਚੀਜ਼ ਜਿਹੜੀ ਆ ਉਹ ਸੰਗਤ ਵਾਸਤੇ ਬਣਦੀ ਆ, ਕਿਸੇ ਦੀ ਇੱਕ ਦੀ ਵਿਰਾਸਤ ਥੋੜੀ ਆ ਜੀ, ਉਹ ਸੰਗਤ ਨੇ ਵਰਤਣੀ ਆ। ਹਾਂਜੀ ਆ ਠੀਕ ਹੈ ਠੀਕ ਹੈ। ਅੱਜ ਮੋਟਰਸਾਈਕਲ ਪਾਰਕਿੰਗ ਬਣ ਰਹੀ ਆ, ਜੋੜਾ ਘਰ ਬਣ ਰਿਹਾ, ਬਣ ਲੈਣ ਦਿਓ, ਜਿੱਦਣ ਸੰਗਤ ਵਰਤੂਗੀ ਉਦੋਂ ਪਤਾ ਲੱਗੂਗਾ ਚੰਗਾ ਹੋਇਆ ਕਿ ਮਾੜਾ ਆ ਜੀ। ਯਾਨੀ ਕਿ ਜੇ ਕੋਈ ਕਿਸੇ ਦਾ ਘਰ ਹੈ ਤੁਹਾਨੂੰ ਲੱਗਦਾ ਵੀ ਉਹਨੂੰ ਖਤਮ ਕਰ ਦੇਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ ਹੈ ਤੇ ਇਹ ਵੀ ਗੱਲ ਘਰੋਂ ਕਾਹਦਾ, ਉਹ ਤੇ ਦੱਬਿਆ ਹੀ, ਉਹ ਦੱਬਿਆ ਕਿਸੇ ਦਾ ਘਰ ਥੋੜਾ ਵਾ। ਤੇ ਬਾਬਾ ਜੀ ਇਹ ਵੀ ਗੱਲ ਹੈ ਜਿਹੜੀ ਆ ਰਹੀ ਹੈ ਵੀ ਇਹ ਪਾਣੀ ਵਾਲੀਆਂ ਹੰਸਲੀਆਂ ਹੁੰਦੀਆਂ ਸੀਗੀਆਂ, ਜੇ ਪਾਣੀ ਵਾਲੀ ਹੰਸਲੀ ਹੁੰਦੀ ਹੈ ਜਿਹੜੀ ਦਰਬਾਰ ਸਾਹਿਬ ਦੇ ਸਰੋਵਰ ਨਾਲ ਕਿਸੇ ਵੇਲੇ ਕਨੈਕਟ ਹੁੰਦੀ ਸੀ ਤੇ ਫਿਰ ਇਹਨੂੰ ਬਚਾਉਣਾ ਚਾਹੀਦਾ? ਉਹ ਸਾਨੂੰ ਉਹ ਮੈਂ ਕਹਿੰਦਾ ਉਹ ਹੰਸਲੀ ਹੋਏਗੀ ਤੇ ਉਹਨੂੰ ਬਚਾ ਕੇ ਕਰਨਾ, ਕਿ ਹੁਣ ਤੇ ਨਵੀਆਂ ਹੰਸਲੀਆਂ ਆਉਣ ਡਈਆਂ ਤੇ ਪਾਣੀ ਜਲ ਪੈਣ ਡਿਆ ਵਾ। ਜੇ ਆਪਾਂ ਇੱਕ ਪੁਰਾਣੇ ਨਮੂਨੇ ਦੇ ਵਜੋਂ ਦੇਖੀਏ ਕਿ ਪੁਰਾਣੀ ਵਿਰਾਸਤ ਹੈ ਉਹਨੂੰ ਰੱਖਿਆ ਜਾਣਾ ਚਾਹੀਦਾ, ਉਹ ਤੇ ਅਗਰ ਉਹ ਕਿਸੇ ਦਾ ਘਰ ਹੋਊਗਾ ਤੇ ਫਿਰ। ਹਾਂ ਨਹੀਂ ਉਹ ਜੇ ਮੈਂ ਉਹੀ ਕਹਿ ਰਹੀ ਵੀ ਜੇ ਉਹ ਕੋਈ ਏਦਾਂ ਦੀ ਚੀਜ਼ ਹੋਊਗੀ ਦਰਬਾਰ ਸਾਹਿਬ ਦੇ ਨਾਲ ਜੁੜੀ ਫਿਰ ਉਹਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ। ਦਰਬਾਰ ਸਾਹਿਬ ਦੇ ਨਾਲ ਜੁੜੀ ਚੀਜ਼ ਉਹ ਹੈ ਹੀ ਨਹੀਂ। ਠੀਕ ਹੈ ਮਤਲਬ ਉਹ ਕੀ ਹੈ ਬਾਬਾ ਜੀ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ? ਉਹ ਮੈਂ ਤੇ ਕਿਹਾ ਵੀ ਇਸ ਤਰ੍ਹਾਂ ਦੇ ਘਰ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਕਈ ਲੋਕ ਪਿੰਡਾਂ 'ਚ ਛੱਡ ਕੇ ਗਏ ਨੇ, ਅੱਜ ਵੀ ਪੁਰਾਣੀਆਂ ਇੱਟਾਂ ਦੇ ਘਰ ਬਣੇ ਨੇ, ਘਰ ਹੀ ਹੋਣਗੇ ਹੋਰ ਕੀ ਹੋਏਗਾ, ਉਹ ਹੋਰ ਆਪਣਾ ਕੋਈ ਕੀ ਆਉਂਦੇ ਹੁੰਦੇ ਉਹ ਹੈ ਜੀ। ਹਾਂਜੀ ਨਹੀਂ ਨਹੀਂ ਉੱਥੇ ਕੋਈ ਹੈ ਨੀ, ਕੋਈ ਉਹਦਾ ਇਤਿਹਾਸ ਕੋਈ ਨੀ ਹੈਗਾ, ਪੁਰਾਣੇ ਘਰ ਲੋਕਾਂ ਦੇ ਬਣੇ ਨੇ, ਪੁਰਾਣੀਆਂ ਇੱਟਾਂ ਦੇ ਬਣੇ ਘਰ ਹੀ ਆ ਉਹ। ਹਾਂਜੀ ਜੀ ਜੀ ਹੁਣ ਕੋਈ ਕਿਸੇ ਪਾਸੇ ਕੋਈ ਆਪਣਾ ਘਰ ਬਣਾਊਗਾ ਸ਼ਹਿਰ ਦੇ ਦੂਰ ਜਾ ਕੇ ਤੇ ਉਹਦੇ ਥੱਲਿਓ ਕੋਈ ਚੀਜ਼ ਨਿਕਲ ਆਊਗੀ ਤੇ ਉਹਨੂੰ ਰੋਕਣ ਚਲ ਜਾਓਗੇ ਵੀ ਇਹ ਕੀ ਹੈ? ਜੀ ਜੀ ਠੀਕ ਹੈ ਬਾਬਾ ਜੀ ਇਹ ਤੁਹਾਡੀ ਆਪਣੀ ਰਾਏ ਹੈ ਤੇ ਬਾਕੀ ਜੇ ਐਸ ਜੀ ਪੀ ਸੀ ਹੁਣ ਇਸ ਸੇਵਾ ਨੂੰ ਕੰਟੀਨਿਊ ਕਰੇਗੀ ਫਿਰ ਤੁਸੀਂ ਕਰੋਗੇ, ਨਹੀਂ ਤੁਸੀਂ ਇਹਨੂੰ ਛੱਡ ਦੋਗੇ ਵਿੱਚ? ਇਹ ਹੈ ਹੁਣ ਇਸ ਟਾਈਮ ਅਪਡੇਟ? ਨਹੀਂ ਅਸੀਂ ਜੋੜਾ ਘਰ ਬਣਾਉਣ ਡਏ ਆ, ਮੋਟਰਸਾਈਕਲ ਪਾਰਕਿੰਗ ਦਾ ਕੰਮ ਚੱਲਣ ਡਿਆ। ਅੱਛਾ ਠੀਕ ਹੈ ਆ ਸੇਵਾ ਚੱਲਣ ਡਈ ਹੈ ਜੀ। ਹਾਂਜੀ ਆ ਠੀਕ ਹੈ, ਸਿਰਫ ਉਹ ਜਿਹੜੀ ਥਾਂ ਤੇ ਹਲੇ ਕੰਮ ਰੋਕਿਆ ਬਾਕੀ ਸੇਵਾ ਚੱਲ ਰਹੀ ਹੈ। ਉਹ ਤੇ ਵੈਸੇ ਵੀ ਉਹ ਤੇ ਜਦੋਂ ਆ ਗਿਆ ਸੀ ਉਹਨੂੰ ਰੋਕ ਦਿੱਤਾ ਸੀ ਆ। ਠੀਕ ਹੈ ਠੀਕ ਹੈ ਆ ਉਹ ਤੇ ਉਹ ਕਿਸੇ ਦੇ ਕਹਿਣ ਤੇ ਨਹੀਂ ਰੋਕਿਆ, ਆਪਣੇ ਆਪ ਹੀ ਰੋਕਤਾ ਸੀ। ਨਹੀਂ ਅਸੀਂ ਅਸੀਂ
ਸ਼੍ਰੋਮਣੀ ਕਮੇਟੀ ਨੂੰ ਦੱਸਿਆ ਸੀ ਮੈਨੇਜਰ ਦਰਬਾਰ ਸਾਹਿਬ ਨੂੰ ਤੇ ਉਹਨਾਂ ਨੇ ਕਹਿਣ ਦਿੱਤਾ ਕਿ ਉਹਨੂੰ ਰਹਿਣ ਦਿਓ ਤੁਸੀਂ ਇੱਧਰ ਕੰਮ ਕਰੋ। ਪਰ ਇਸ ਵਕਤ ਜਿਹੜਾ ਮਾਹੌਲ ਹੈ ਉਹ ਸਾਰਾ ਕਾਰ ਸੇਵਾ ਦੇ ਖਿਲਾਫ ਬਣਦਾ ਜਾ ਰਿਹਾ ਹੈ, ਇਹਦੇ ਨਾਲ ਕਿਵੇਂ ਨਿਜਠਾਂਗੇ? ਇਹ ਬੜੇ ਚਿਰ ਦਾ ਕਾਰ ਸੇਵਾ ਦੇ ਖਿਲਾਫ ਬਣਦਾ ਆ ਰਿਹਾ ਜੀ। ਇਹ ਸੰਗਤਾਂ ਨੂੰ ਸੱਚਾਈ ਦਾ ਪਤਾ ਹੀ ਹੁੰਦਾ ਬੀਬਾ ਜੀ। ਹਾਂਜੀ ਹਾਂ ਜੀ, ਇਹ ਮਾੜਾ ਚੰਗਾ ਕਹਿਣ ਵਾਲੇ ਲੋਕ ਉੱਠਦੇ ਹੁੰਦੇ ਨੇ ਤੇ ਆਉਂਦੇ ਨੇ ਤੇ ਜਾਂਦੇ ਨੇ ਕਾਰ ਸੇਵਾ ਨੂੰ, ਤੇ 100 ਸਾਲ ਹੋ ਗਿਆ ਚੱਲਣ ਡਈ ਨੂੰ ਜੀ। ਚਲੋ ਠੀਕ ਹੈ, ਠੀਕ ਹੈ ਬਾਬਾ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।